ਸੋ ਸਿੱਖਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਰਾ ਬਿਲਕੁਲ ਠੀਕ ਹੋਵੋਗੇ ਆਪਾਂ ਜੀ ਤੁਹਾਡਾ ਇੱਕ ਬੀਨ ਬੜਾ ਮੋਕ ਟੈਸਟ ਹੈਗਾ ਠੀਕ ਹੈ ਇਹਦੇ ਵਿੱਚ ਥੋੜੇ ਜਿਹਾ ਪ੍ਰੇਸ਼ਨ ਦਾ ਪੰਜਾਬ ਜੀ ਕੇ ਦੇ ਆ ਥੋੜੇ ਕੇ ਆਪਣੇ ਇੰਡੀਆ ਜੀ ਕੇ ਦੇ ਆ ਥੋੜੇ ਕੇ ਪੋਲਿਟੀ ਦੇ ਆ ਠੀਕ ਹੈ ਤੇ ਇਹ ਸਾਰੇ ਤੁਸੀਂ ਆਪ ਦਾ ਇੱਕ ਟੈਸਟ ਇਸ ਤਰ੍ਹਾਂ ਲਾ ਕੇ ਦੇਖਣਾ ਹੈ ਤੁਹਾਨੂੰ ਦੇਖੋਗੇ ਕਿ ਤੁਹਾਡਾ ਕਿੱਥੇ ਸਟੈਂਡ ਕਰ ਰਹੇ ਹੋ ਤੁਸੀਂ AFC AIL ਵਾਸਤੇ ਵੀ ਇਹ ਆਪਸ 트리플 ਐਸ ਵੀ ਕੈਂਡੀਡੇਟਾਂ ਵਾਲੇ ਵਾਸਤੇ ਵੀ ਹੈ। ਠੀਕ ਹੈ ਜੀ ਇੱਕ ਵਾਰੀ ਜ਼ਰੂਰ ਲਾ ਕੇ ਦੇਖਣਾ ਇਹ ਲੈਕਚਰ ਤੁਸੀਂ ਤੇ ਕੱਲ ਵੀ ਤੁਹਾਡੀ ਕਰੰਟ ਅਫੇਅਰਾਂ ਦੀ ਵੀਡੀਓ ਨੂੰ ਬਹੁਤ ਬੜੀ ਰਿਸਪੌਂਸ ਮਿਲਿਆ ਤੁਹਾਡਾ ਤੇ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਟੌਪ ਵੀ ਕਰਦੇ ਕਰਦੇ ਨੰਬਰ ਕਾਊਂਟ ਕਰਦੇ ਜਾਓ ਕਿੰਨੇ-ਕਿੰਨੇ ਆ ਰਹੇ ਆ ਕਿੰਨੇ-ਕਿੰਨੇ ਨਹੀਂ ਆ ਰਹੇ ਠੀਕ ਹੈ। ਇੱਕ ਅਪ੍ਰੈਸ਼ਨ ਪੂਰੇ ਧਿਆਨ ਨਾਲ ਪੜ੍ਹਨਾਗਾ ਠੀਕ ਹੈ ਇਹ ਸਮਝ ਲਓ ਕਿ ਵਿੱਚੋਂ ਛਾਂਟ ਕੇ ਲੈਂਦੇ ਹੋਏ ਅਪ੍ਰੈਸ਼ਨ ਹੈਗੇ। ਜਦੋਂ ਭਾਰਤ ਤੇ ਚైనా ਦੀ 1962 ਦੇ ਵਿੱਚ جنگ ਹੋਈ ਸੀ ਪਹਿਲਾ ਆਪਰੇਸ਼ਨ ਤਾਂ ਇੱਥੇ ਬਣੂਗਾ ਠੀਕ ਹੈ ਕਿ ਭਾਰਤ ਇੰਡੀਆ ਵਰਸਿਜ ਚైనా ਇਹਨਾਂ ਦੀ ਜੰਗ ਕਿਦੋਂ ਹੋਈ ਸੀ 1962 ਦੇ ਵਿੱਚ ਫਿਰ ਦੂਸਰਾ ਆਪਰੇਸ਼ਨ ਬਣੂਗਾ ਇੰਡੀਆ ਵਰਸਿਜ ਪਾਕਿਸਤਾਨ ਨਾਲ ਜੰਗ ਕਿਦੋਂ ਹੋਈ ਸੀ 1965 ਦੇ ਵਿੱਚ ਇੱਕ ਪਾਕਿਸਤਾਨ ਨਾਲ ਹੋਰ ਜੰਗ ਹੋਈ ਸੀ ਉਹ ਹੋਈ ਸੀ ਆਪਣੀ 1971 ਦੇ ਵਿੱਚ ਠੀਕ ਹੈ ਇਹ ਤਿੰਨ ਜੰਗਾਂ ਜਿਹੜੀਆਂ ਆਪਣੀਆਂ ਮੇਨ ਨੇ ਪਹਿਲੇ ਅਪਰੇਸ਼ਨ ਦਾ ਇਹਨਾਂ ਦੇ ਡੇਟਾ ਤੋਂ ਹੀ ਬਣ ਜਾਣਗੇ ਦੂਸਰੀ ਗੱਲ ਇੰਡੀਆ ਤੇ ਚਾਈਨਾ ਦੇ ਵਿਚਾਰੇ ਕਿਹੜੀ ਰੇਖ ਹੈਗੀ ਕਿਹੜੀ ਲਾਈਨ ਹੈ ਜਿਹੜੀ ਆਪ ਨੂੰ ਵੱਖ ਕਰਦੀ ਹੈ ਮੈਕਮੋਹਨ ਪਾਕਿਸਤਾਨ ਤੇ ਇੰਡੀਆ ਨੂੰ ਕਿਹੜੀ ਰੇਖ ਅਲੱਗ ਕਰਦੀ ਹੈ ਰੈਡਕਲੀਫ ਠੀਕ ਹੈ ਇਹ ਗੱਲ ਯਾਦ ਰੱਖਣੀ ਹੈ ਤੇ ਕਹਿੰਦੇ ਜੀ ਭਾਰਤਾਂ ਦੇ ਚੈਨਲ ਦੀ ਜੰਗ ਹੋਈ ਸੀ ਉਸ ਸਮੇਂ ਡਿਫਰੈਂਸ ਮਿਨਿਸਟਰ ਕੌਣ ਸੀ ਡਿਫਰੈਂਸ ਮਿਨਿਸਟਰ ਕੌਣ ਹੁੰਦਾ ਬੱਚਿਓ ਡਿਫਰੈਂਸ ਮਿਨਿਸਟਰ ਉਹਦਾ ਜਿੱਤੇ ਇੰਟਰ ਫੌਜ ਆ ਜਾਂਦੀ ਹੁੰਦੀ ਹੈ ਆ ਰਹੇ ਨੇ ਤੁਹਾ ਉੱਪਰ ਜਗਜੀਵਨ ਸਿੰਘ ਬੀ ਕੇ ਕ੍ਰਿਸ਼ਨ ਮੈਨਨ ਕਿ ਗੋਬਿੰਦ ਸਿੰਘ ਤਾਂ ਜਿਹੜੇ ਕੈਂਡੀਡੇਟਾਂ ਨੇ ਇਹਦਾ ਆਨਸਰ ਲਾਇਆਗਾ ਸੀ ਨੰਬਰ ਆਪਸ਼ਨ ਤਾਂ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈਗਾ ਬੀ ਕੇ ਕ੍ਰਿਸ਼ਨ ਮੈਨਨ ਸੀ ਜਿਹੜੇ ਉਸ ਸਮੇਂ ਆਪਣੇ ਕੀ ਸੀ ਡਿਫਰੈਂਸ ਮਿਨਿਸਟਰ ਸੀ ਇਹ ਗੱਲ ਯਾਦ ਰੱਖਣੀ ਹੈ ਦੂਸਰੀ ਗੱਲ ਇਹਨਾਂ ਨੂੰ ਕਿੰਗ ਆਫ ਕਸ਼ਮੀਰ ਵੀ ਕਿਹਾ ਜਾਂਦਾ ਹੈ ਠੀਕ ਹੈ ਇਹ ਗੱਲ ਵੀ ਯਾਦ ਰੱਖਣੀ ਹੈ ਕਿੰਗ ਆਫ ਕਸ਼ਮੀਰ ਵੀ ਕਿਹਾ ਜਾਂਦਾ ਹੈ ਇਹ ਚੋਲਜਰਾ ਜਾਇਓ ਇੱਕ ਬੀਪੀ ਮੈਨਨ ਵੀ ਹੈਗਾਗਾ ਉਹ ਲੱਗ ਹੈ ਇਹ ਬੀਕੇ ਹੈ ਠੀਕ ਹੈ ਠੀਕ ਹੈ ਜੀ ਆਹ ਦੇਖੋ ਜੀ ਹੀਰੋ ਆਫ ਕਸ਼ਮੀਰ ਲਾਇਨ ਆਫ ਕਸ਼ਮੀਰ ਹੀਰੋ ਆਫ ਕਸ਼ਮੀਰ ਕਿਹਾ ਜਾਂਦਾ ਹੈ ਤੇ ਲਾਇਨ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈਗਾ ਲਾਇਨ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ ਲਾਲਾ ਲਾਜਪਤਰਾਏ ਨੂੰ ਇਹਨਾਂ ਨੂੰ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਹੈ ਆਪਰੇਸ਼ਨ ਤੋਂ ਉਹ ਪਾਸ ਕਰਾ ਦੇਣਗੇ ਠੀਕ ਹੈ ਜੀ ਤੇ ਸਾਇਮਨ ਕਮਿਸ਼ਨ ਕਿਦੋਂ ਤਿਆਰ ਹੋਇਆ ਸੀ ਬਣ ਕੇ 1927 ਦੇ ਵਿੱਚ ਕਿਦੋਂ ਆਇਆ ਸੀ 1928 ਦੇ ਵਿੱਚ ਤੇ ਲਾਲਾ ਲਾਜਪਤਰਾਏ ਨੂੰ ਇਹਨਾਂ ਨੇ ਕੀ ਕਰਦੇ ਸ਼ਹੀਦ ਕਰਦੇ ਲਾਠੀਆਂ ਮਾਰ ਕੇ ਕਿਹਨੇ ਸ਼ਹੀਦ ਕੀਤਾ ਸੀ ਸਾਡਰਸ ਨੇ ਤੇ ਸਾਡਰਸ ਨੂੰ ਕਿਹਨੇ ਮਾਰਿਆ ਸੀ ਭਗਤ ਸਿੰਘ ਨੇ ਠੀਕ ਹੈ ਨਾ ਤਾਂ ਇਸ ਤਰ੍ਹਾਂ ਕੋਈ ਚੀਜ਼ ਨਹੀਂ ਛੱਡਣੀ ਤੇ ਜੁਨੋ ਦੇ ਵਿੱਚ ਜਿਹੜੀ ਆਪਣੀ ਜਨਰੇਟਰ ਨੈਸ਼ਨਲ ਹੈਗੀ ਜਿਹੜੀ 24 ਅਕਤੂਬਰ 1945 ਨੂੰ ਬਣੀ ਸੀ ਉੱਥੇ ਵੀ ਇੱਕ ਲੋਂਗੇਸਟ ਸਪੀਚ ਦਿੱਤੀ ਸੀ ਲੋਂਗੇਸਟ ਸਪੀਚ ਦਾ ਮਤਲਬ ਤੁਸੀਂ ਸਮਝ ਰਹੇ ਹੋ ਕਿ 8 ਘੰਟੇ ਦੀ ਸਪੀਚ ਦਿੱਤੀ ਸੀ ਉਹ 8 ਘੰਟੇ ਦੀ ਸਪੀਚ ਕਹਿੰਦੇ ਦਿੱਤੀ ਸੀ ਉਹ ਵੀ ਆਪਣੇ ਕਹਿੰਦੇ ਦਿੱਤੀ ਸੀ ਬੀ ਕੀ ਕ੍ਰਿਸ਼ਨ ਮੈਨਨ ਨੇ ਦਿੱਤੀ ਸੀ ਉਹ ਵੀ ਠੀਕ ਹੈ ਇੰਨੇ ਅਪਰੇਸ਼ਨ ਬਣ ਕੇ ਇੱਕ ਲੋਂਗੇਸਟ ਸਪੀਚ 8 ਘੰਟੇ ਦੀ ਸਪੀਚ ਦਿੱਤੀ ਸੀ ਇਹਨਾਂ ਨੇ ਠੀਕ ਹੈ ਜੀ ਤੇ ਆ ਹੀਰੋ ਪਸ਼ਮੀਰ ਵੀ ਇਹਨਾਂ ਨੂੰ ਕਿਹਾ ਜਾਂਦਾ ਹੈਗਾ ਡਿਫਰੈਂਸ ਮਿਨਿਸਟਰ ਸੀ ਆ ਨਾਲ ਦਾ ਆਪਾਂ ਨਾਲ ਬੇਸਿਕ ਕਵਰ ਕਰਤਾ ਠੀਕ ਹੈ ਆਈਐਲ ਉਹਦਾ ਹੈੱਡ ਕੁਆਟਰ ਕਿੱਥੇ ਹੈ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਠੀਕ ਹੈ ਜਨੇਵਾ ਡੀਸੀ ਬਾਸਟਿੰਗ ਡੀਸੀ ਵੀ ਕਹਿੰਦੇ ਆ ਨਿਊਯਾਰਕ ਅਮਰੀਕਾ ਤਾਂ ਦੇਖੋ ਲੇਬਰ ਆਪਾਂ ਕਦੇ ਵਾਸਤੇ ਕਰਦੇ ਆ ਲੇਬਰ ਬੰਦਾ ਕਦੇ ਵਾਸਤੇ ਕਰਦਾ ਪੈਸੇ ਵਾਸਤੇ ਪੈਸੇ ਕਦੇ ਵਾਸਤੇ ਜ਼ਰੂਰੀ ਹੈ ਜਿਉਣ ਵਾਸਤੇ ਜਿਉਣ ਤੋਂ ਜਨੇਵਾ ਠੀਕ ਹੈ ਇਸ ਤਰ੍ਹਾਂ ਟ੍ਰਿਕ ਨਾ ਯਾਦ ਕਰ ਲਿਓ ਤਾਂ ਇਹ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈ ਗਾਂਧੀ ਏਰਵਨ ਪੈਕਟ ਕਿਦੋਂ ਹੋਇਆ ਸੀ ਗਾਂਧੀ ਏਰਵਨ ਇਹ ਗਾਂਧੀ ਏਰਵਨ ਕੋਈ ਇਹ ਨਹੀਂ ਹੈ ਜਿਹੜਾ ਏਰਵਨ ਸੀ ਇਹ ਅੰਗਰੇਜ਼ ਸੀ ਇੱਕ ਗਾਂਧੀ ਦੇ ਨਾਲ ਦੋਨੋਂ ਦੇ ਵਿੱਚ ਇੱਕ ਪੈਕਟ ਹੋਇਆ ਸੀ ਪੈਕਟ ਦਾ ਮਤਲਬ ਕੀ ਹੁੰਦਾ ਹੈਗਾ ਸਮਝੌਤਾ ਹੋਇਆ ਸੀ ਕਾਸ ਨੂੰ ਲੈ ਕੇ ਇਹਨਾਂ ਨੇ ਸਮਝੌਤਾ ਇਹ ਕੀਤਾ ਸੀ ਇਹ ਗੱਲ ਨੂੰ ਲੈ ਕੇ ਕਿ ਜਿਹੜੇ ਕੀ ਸਾਡੇ ਤੁਸੀਂ ਆਜ਼ਾਦੀ ਦੇ ਟਾਈਮ ਤੇ ਜਿਹੜੇ ਤੁਸੀਂ ਸਾਡੇ ਬੰਦੇ ਫੜੇ ਹੋਏ ਹੋ ਕਿ ਉਹਨਾਂ ਨੂੰ ਛੱਡ ਦਿਓ ਠੀਕ ਹੈ ਪਰ ਇਹ ਜਿਹੜੀ ਮੀਟਿੰਗ ਸੀ ਇਹ ਕੀ ਨਿਕਲੀ ਸੀ ਬੇ ਸਿੱਟਾ ਨਿਕਲੀ ਸੀ ਦਾ ਕੋਈ ਮਤਲਬ ਇਹਨਾਂ ਨੇ ਗੱਲ ਨਹੀਂ ਮੰਨੀ ਕਾਂਦੀ ਜੀ ਦੀ ਤੇ ਆਪਣੇ ਤਿੰਨ ਰੌਂਡ ਰੌਂਡ ਟੇਬਲ ਕਾਨਫਰੰਸਾਂ ਵੀ ਹੋਈਆਂ ਆਪਣੇ ਤਿੰਨ ਠੀਕ ਹੈ ਉਹਨਾਂ ਬਾਰੇ ਡਿਟੇਲ ਚ ਸਮਝ ਲਓ ਪਹਿਲੀ ਰੌਂਡ ਟੇਬਲ ਕਾਨਫਰੰਸ ਹੋਈ ਸੀ 1900 ਇਹਦਾ ਅਨਸਰ ਦੇਖ ਲਓ ਕੀ ਆਊਗਾ ਪੈਕਟ ਹੋਇਆ ਸੀ 1931 ਦੇ ਵਿੱਚ ਠੀਕ ਹੈ ਆ ਜਿਹੜਾ ਪਰੇਸ਼ਨ ਇਹਦਾ ਅਨਸਰ ਹੈਗਾ 31 ਦੇ ਵਿੱਚ ਕੱਲ ਇੱਕ ਕੰਪੀਸ਼ਨ ਚ ਬੱਚੇ ਉਲਝੇਗੇ ਸੀ ਉਹ ਦਿੱਲੀ ਆ ਉਹਦਾ ਅਨਸਰ ਕੱਲ ਵਾਲੇ ਦਾ ਦਿੱਲੀ ਠੀਕ ਹੈ ਬੈਟਰੀ ਲੋ ਹੋ ਗਈ ਚਲੋ ਚਲੋ ਜੇ ਨਾਗਦੇ ਨਾ ਚੰਗਾ ਹੋਣੇ ਆ ਦੇਖੋ ਗਾਂਧੀ ਅਰਬਨ ਪੈਕਟ ਕਦੋਂ ਹੋਇਆ ਸੀ ਇਹ 1930 ਤੋਂ 1931 ਦੇ ਵਿੱਚ ਹੋਇਆ ਸੀ ਆਪਣੀਆਂ ਤਿੰਨ ਰੌਂਡ ਟੇਬਲ ਕਾਨਫਰੰਸਾਂ ਹੋਈਆਂ ਸੀ ਜਿਹੜੀ ਪਹਿਲੀ ਹੋਈ ਸੀ 1930 ਦੇ ਵਿੱਚ ਜਿਹੜੀ ਦੂਸਰੀ ਹੋਈ ਸੀ 1931 ਦੇ ਵਿੱਚ ਤੀਸਰੀ ਹੋਈ ਸੀ 1932 ਦੇ ਵਿੱਚ ਜਿਹੜੀ ਸੈਕੰਡ ਗੋਲ ਮੇਜ ਸੀ ਇਹਦੇ ਵਿੱਚ ਗਾਂਧੀ ਜੀ ਨੇ ਇਕੱਲੇ ਨੇ ਭਾਗ ਲੈਂਦਾ ਸੀ ਹੋਰ ਗਾਂਧੀ ਜੀ ਨੇ ਕਿਸੇ ਵੀ ਗੋਲ ਮੇਜ ਰੌਂਡ ਗੋਲ ਟੇਬਲ ਦੇ ਵਿੱਚ ਭਾਗ ਨਹੀਂ ਲੈਂਦਾ ਸੀ ਇੱਕ ਗਾਂਧੀ ਜੀ ਆਈਐਨਸੀ ਦੇ ਪ੍ਰਧਾਨ ਵੀ ਰਹੇ ਕਿਦੋਂ ਰਹੇ ਆ 1925 ਦੇ ਵਿੱਚ ਤੇ 1924 ਦੇ ਵਿੱਚ ਕੌਣ ਰਹੀ ਹੈ ਸਰੋਜਨੀ 나ਡੂ ਠੀਕ ਹੈ ਇਕੱਠੀ ਰਹੀ ਸਿੱਕ ਇੱਕ ਸਾਲ ਦੀ ਵਿੱਥੀ ਤੇ ਇਹ ਪਹਿਲੀ ਗਵਰਨ ਸੀ ਮਹਿਲਾ ਇੰਡੀਆ ਦੀ ਤੇ ਇੱਕ ਜਿਹੇ ਪੁੱਠੇ ਅੰਗਰੇਜ਼ ਮਹਿਲਾ ਗਵਰਨ ਕਿਹੜੀ ਸੀ ਆਈਐਨਐਸਟੀ ਉਹ ਹੈਗੀ ਸੀ ਐਨੀ ਬੈਸੈਂਟ ਤੇ ਐਨੀ ਬੈਸੈਂਟ ਨੇ ਕੀ ਚਲਾਈ ਸੀ ਹੋਮ ਰੂਲ ਲੀਗ ਕਿਹੜੋ ਚਲਾਈ ਸੀ 1916 ਦੇ ਵਿੱਚ ਕਿਹਨੇ ਰਲ ਕੇ ਚਲਾਈ ਸੀ ਬਾਲ ਗੰਗਾਦਾਰ ਟਿਲਕ ਠੀਕ ਹੈ ਬਾਗਰ ਦੰਦ ਗੰਗਾ ਦਾ ਤਰਕ ਕਰੇ ਕਿਹਾ ਸੀ ਕਿ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਮੈਂ ਇਸ ਨੂੰ ਪ੍ਰਾਪਤ ਕਰਕੇ ਰਹਾਗਾ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਠੀਕ ਹੈ ਮੈਂ ਇਸ ਨੂੰ ਪ੍ਰਾਪਤ ਕਰਕੇ ਰਹਾਗਾ ਤੇ ਡਾਕਟਰ ਜਿਹੜਾ ਬੀ ਆਰ ਮੇਦਕਰ ਸੀ ਬੀ ਆਰ ਮੇਦਕਰ ਡਾਕਟਰ ਬੀ ਆਰ ਮੇਦਕਰ ਜੀ ਉਹਨਾਂ ਨੇ ਤਿੰਨੇ ਰੌਂਡ ਟੇਬਲ ਜਿਹੜੀਆਂ ਕਾਨਫਰੈਂਸ ਹੋਈਆਂ ਸੀ ਤਿੰਨਾਂ ਦੇ ਵਿੱਚ ਭਾਗ ਲੇਤਾ ਸੀ ਠੀਕ ਹੈ ਇਹ ਗੱਲ ਭੁੱਲਣੀ ਨਹੀਂ ਹੈਗੀ ਓਕੇ ਜੀ ਹੁਣ ਚਲਦੇ ਆਪਾਂ ਅਗਲੇ ਪ੍ਰਸ਼ਨ ਤੇ ਸਰਕਾਰੀਆ ਕਮਿਸ਼ਨ ਕਿਸ ਨਾਲ ਸੰਬੰਧਿਤ ਹੈ ਸਰਕਾਰੀਆ ਕਮਿਸ਼ਨ ਪੁੱਛਿਆ ਜਾ ਸਕਦਾ ਕਿ ਜਿਹੜਾ ਸਰਕਾਰੀਆ ਕਮਿਸ਼ਨ ਆ ਇਹ ਕਿਸ ਨਾਲ ਸੰਬੰਧਿਤ ਹੈ ਕਿਦੋਂ ਇਹ ਬਣਾਇਆ ਗਿਆ ਸੀ ਕ腐ਸ਼ਨ ਆਫ ਇੰਡੀਆ ਜਿਹੜੀ ਇੰਡੀਆ ਵਿੱਚ ਕ腐ਸ਼ਨ ਹੁੰਦੀ ਹੈ ਉਹਦੇ ਲਈ ਸੀ ਇਹ ਸੈਂਟਰਲ ਸਟੇਟ ਰਿਲੇਸ਼ਨ ਲਈ ਸੀ ਲੋਕਲ ਗਵਰਨੈਂਸ ਲਈ ਸੀ ਕਿਸੇ ਲਈ ਨਹੀਂ ਸੀ ਤਾਂ ਇਹਦਾ ਆਨਸਰ ਹੈਗਾ ਬੀ ਨੰਬਰ ਆਪਸ਼ਨ ਇਹ ਜਿਹੜਾ ਸੈਂਟਰ ਤੇ ਸਟੇਟ ਤੁਹਾਨੂੰ ਪਤਾ ਕਿ ਸੈਂਟਰ ਦੇ ਕੋਲ ਸ਼ਕਤੀਆਂ ਵੱਧ ਗਈਆਂ ਸਟੇਟ ਨਾਲ ਤਾਂ ਕੋਈ ਵੀ ਫੈਸਲਾ ਜਿਹੜਾ ਬਣਾਉਣਾਗਾ ਉਹ ਸੈਂਟਰ ਬਣਾਉਂਦੀ ਤਾਂ ਉਹਦੇ ਵਾਸਤੇ ਇਹ ਕਮਿਸ਼ਨ ਬਣਾਇਆ ਗਿਆ ਸੀ ਸਰਕਾਰੀਆ ਕਮਿਸ਼ਨ ਇਹਦੇ ਵਿੱਚ ਤਿੰਨ ਬੰਦੇ ਸੀ ਸਾਰੇ ਟੋਟਲ ਸਰਕਾਰੀਆ ਕਮਿਸ਼ਨ ਦੇ ਵਿੱਚ ਤੁਹਾਨੂੰ ਦਿਖਾਉਣਾ ਇਹ ਕਿਉਂ ਬਣਾਇਆ ਗਿਆ ਸੀ 1983 ਦੇ ਵਿੱਚ ਸਰਕਾਰੀਆ ਕਮਿਸ਼ਨ ਬਣਾਇਆ ਗਿਆ ਸੀ ਪਰਸ਼ਨ ਆ ਸਕਦਾ ਹੈ ਪੁੱਛਿਆ ਜਾ ਸਕਦਾ ਹੈ ਕਿ ਸਰਕਾਰੀਆ ਮਿਸ਼ਨ ਸਰਕਾਰੀਆ ਕਿਸੇ ਬੰਦੇ ਦਾ ਨਾਮ ਸੀ ਠੀਕ ਹੈ ਇਹਦੇ ਨਾਲ ਦੋ ਬੰਦੇ ਹੋਰ ਸੀ ਉਹ ਕਿਹੜੇ-ਕਿਹੜੇ ਸੀ ਬੀ ਸ਼ਿਵਾਰਾਮ ਤੇ ਐਸ ਆਰ ਸੇਨ ਇਹ ਜਨਾਬ ਵੀ ਆ ਜਾਣਾ ਕਿ ਵੀ ਪੁੱਛਿਆ ਜਾਵੇਗਾ ਸਰਕਾਰੀਆ ਕਮਿਸ਼ਨ ਦੇ ਵਿੱਚ ਜਿਹੜੇ ਨਾਲ ਦੋ ਬੰਦੇ ਸੀ ਉਹਦੇ ਨਾਮ ਦੱਸੋ ਤਾਂ ਬੀਸੀ ਵਰਾਵਣ ਜਾਂ ਐਸਆਰਸੀ ਇਹ ਆਪਸ਼ਨ ਦੇ ਵਿੱਚ ਨਾ ਪਏ ਹੋਣਗੇ ਤਾਂ 1983 ਦੇ ਵਿੱਚ ਇਹ ਸਰਕਾਰੀ ਕਮਿਸ਼ਨ ਬਿਠਾਇਆ ਸੀ ਤੇ ਰਿਪੋਰਟ ਇਹਨੇ ਕਿਦੋਂ ਦਿੱਤੀ ਸੀ ਆਉਦੀ 1987 ਦੇ ਵਿੱਚ ਬਸ ਇੰਨਾ ਯਾਦ ਕਰ ਲਓ ਜਿਆਦਾ ਐਕਸਟਰਾ ਜਾਣ ਦੀ ਲੋੜ ਨਹੀਂ ਆਹ ਪੋਲੀਟੀ ਦਾ ਪ੍ਰਸ਼ਨ ਆ ਗਿਆ ਇਹਨਾਂ ਵਿੱਚੋਂ ਕਿਹੜਾ ਆਰਟੀਕਲ ਵਰਤਾਵਰਨ ਲਈ ਬਣਾਇਆ ਗਿਆ ਹੈ ਆਰਟੀਕਲ 47 ਆਰਟੀਕਲ 48 ਆਰਟੀਕਲ 49 ਆਰਟੀਕਲ 50 ਤਾਂ ਇਹ ਬਣਾਇਆ ਗਿਆ ਭਾਈ ਆਰਟੀਕਲ 48 ਏ ਹੈ ਜਿਹੜਾ ਇਹ ਬਣਾਇਆ ਗਿਆ ਹੈਗਾ এনਵਾਇਰਨਮੈਂਟਲ ਲਈ environmentally ਇਹ ਬਣਾਇਆ ਗਿਆ ਹੈਗਾ ਪਹਿਲ ਨੰਬਰ ਤੇ ਇਹ ਗੱਲ ਆ ਗਈ ਦੂਸਰੀ ਗੱਲ ਇਹ ਆਰਟੀਕਲ ਕਿਹੜੇ ਚ ਆ ਜਾਂਦਾ ਇਹ ਆ ਜਿੰਨਾ ਡੀ ਪੀ ਐਸ ਪੀ ਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਇਹ ਆਪਾਂ ਕਿਥੋਂ ਲੈਂਦੇ ਆ ਆਇਰਲੈਂਡ ਤੋਂ ਲੈਂਦੇ ਆ ਠੀਕ ਹੈ ਤੇ ਇੱਕ ਨੇ ਜੀ ਇਹ ਕਰ ਲਈ ਤੇ ਆਇਰਲੈਂਡ ਤੋਂ ਲੈਂਦੇ ਆ ਤੇ ਹੋਰ ਹਾਂ ਡੀ ਪੀ ਐਸ ਪੀ ਕਿਥੋਂ ਲੈ ਕੇ ਕਿਥੋਂ ਤੱਕ ਹੁੰਦੇ ਆ 36 ਤੋਂ ਲੈ ਕੇ 51 ਤੱਕ ਹੁੰਦੇ ਆ ਤੇ ਕਿਹੜੇ ਪਾਰਟ ਚ ਆਉਂਦੇ ਇਹ ਇਹ ਹੁੰਦੇ ਆ ਪਾਰਟ 4 ਦੇ ਵਿੱਚ ਠੀਕ ਹੈ ਇਥੋ ਦੇਖ ਕੇ ਯਾਦ ਕਰ ਲਓ ਬਸ ਹੋਮ ਰੂਲ ਲੀਗ ਕਿਸ ਨੇ ਸ਼ੁਰੂ ਕੀਤੀ ਸੀ 1916 ਦੇ ਵਿੱਚ ਸ਼ੁਰੂ ਕੀਤੀ ਸੀ ਤੇ 1917 ਦੇ ਵਿੱਚ ਐਨੀਵਰਸੈਂਟਰੀ ਆਈਐਨਐਸ ਜੀ ਪ੍ਰਧਾਨ ਰਹੀ ਹੈ ਠੀਕ ਹੈ ਤੇ ਹੋਮ ਰੂਲ ਲੀਗ ਕਿਸ ਨੇ ਸ਼ੁਰੂ ਕੀਤੀ ਸੀ ਐਨੀਵਰਸੈਂਟ ਸਰੋਜਨੀ 나ਡੂ ਦੋਵੇਂ ਕਿ ਕੋਈ ਨਹੀਂ ਤਾਂ ਜਿਹੜੀ ਹੋਮ ਰੂਲ ਲੀਗ ਸੀ ਬੱਚਿਓ ਇਹਦਾ ਸਬੰਧ ਐਨੀਵਰਸੈਂਟ ਨਾਲ ਹੈ ਚੇਨੀਵਰਸੈਂਟ ਨਾ ਹੁੰਦਾ ਆਪਸ਼ਨ ਦੇ ਵਿੱਚ ਬਾਲ ਗੰਗਾ ਦਾ ਤਲਕ ਹੁੰਦਾ ਹੈ ਬਾਲ ਗੰਗਾ ਦਾ ਤਿਲਕ ਹੁੰਦਾ ਤਾਂ ਵੀ ਆਪ ਪ੍ਰਾਂਤ ਸਿਰਕੂਲ ਸਹੀ ਸੀ ਇੱਕ ਸੁਣੇ ਤੁਸੀਂ ਸੁਣਿਆ ਹੋਊਗਾ ਬਾਲ ਲਾਲ ਬਾਲ ਪਾਲ ਸੁਣਿਆ ਨਾ ਇਹਦਾ ਕੀ ਮਤਲਬ ਪੁੱਛ ਲੈਂਦੇ ਆ ਲਾਲਾ ਲਾਜਪਤ ਰਾਏ ਬਾਰ ਗੰਗਾ ਦਾ ਤਿਲਕ ਇਹਦਾ ਤੁਸੀਂ ਦੱਸੋ ਪਾਲ ਦਾ ਕੀ ਹੁੰਦਾ ਠੀਕ ਹੈ ਪਾਲ ਦਾ ਤੁਸੀਂ ਦੱਸਣਾ ਕਮੈਂਟਰ ਦੇ ਵਿੱਚ ਨਹੀਂ ਮੈਂ ਅਗਲੀ ਵੀਡੀਓ 'ਚ ਦੱਸੂਗਾ ਇਨ੍ਹਾਂ ਵਿੱਚੋਂ ਟ੍ਰੋਪਿਕ ਆਫ ਕੈਂਸਰ ਕਿੰਨਾ ਵਿੱਚੋਂ ਨਹੀਂ ਲੱਗਦੀ ਤਦ ਦਵਿਸ਼ਨ ਪੁੱਛਦੇ ਕਿ ਕਿਹਦੇ ਚੋਂ ਨਹੀਂ ਲੰਘਦੀ ਤੇ ਇਹ ਲੰਘਦੀ ਕਿਹੜੇ-ਕਿਹੜੇ ਚੋਂ ਹੈ ਗੁਜਰਾਤ ਰਾਜਸਥਾਨ ਛੱਤੀਗੜ੍ਹ ਬੈਸਟ ਬੰਗਾਲ ਤ੍ਰਿਪੁਰਾ ਮਿਜ਼ੁਰਮ 1 2 3 4 5 6 ਠੀਕ ਹੈ ਤੇ ਮੱਧ ਪ੍ਰਦੇਸ਼ ਠੀਕ ਹੈ ਜੀ ਇਹਨਾਂ ਦੇ ਵਿੱਚ ਕਿਹੜੀ ਤੇ ਲੱਗਦੀ ਇੱਕ ਬੈਸਟ ਮਿਜ਼ੋਰਮ ਤਰਪੁਰਾ ਬੈਸਟ ਮਗਾ ਛਤੀਸਗੜ੍ਹ ਰਾਜਸਥਾਨ ਗੁਜਰਾਤ ਤੇ ਮੱਧ ਪ੍ਰਦੇਸ਼ ਠੀਕ ਹੈ ਤੇ ਝਾਰਖੰਡ ਇੱਕ ਝਾਰਖੰਡ ਇਹਨਾਂ ਅੱਠਾਂ ਦੇ ਵਿੱਚੋਂ ਲੱਗਦੀ ਹੈ ਇਹ ਟ੍ਰੋਪਿਕ ਆਫ ਕੈਂਸਰ ਤੇ ਨਾ ਜੋ ਕਿਹੜੀ ਆਪਸ਼ਨ ਤਰਪੁਰਾ ਵੀ ਪਈ ਹੈ ਆਪਣੇ ਕੋਲੇ ਛਤੀਸਗੜ੍ਹ ਵੀ ਪਿਆ ਹੈ ਰਾਜਸਥਾਨ ਵੀ ਪਿਆ ਹੈ ਉੜੀਸਾ ਦੇ ਵਿੱਚ ਲੱਗਦੀ ਹੈ ਟ੍ਰੋਪਿਕ ਆਫ ਕੈਂਸਰ ਇਸ ਤੋਂ ਬਾਅਦ ਅੱਗੇ ਆ ਗਏ ਆਪਾਂ ਕਨੇ ਜੋ ਮੁੱਦੇ ਸਟੇਟ ਦੇ ਹੁੰਦੇ ਹਨ ਉਹ ਕਿਸ ਲਿਸਟ ਦੇ ਵਿੱਚ ਆਉਂਦੇ ਹਨ ਸਟੇਟ ਦੇ ਮੁੱਦੇ ਸਟੇਟ ਆਪਣੇ ਜਿਵੇਂ ਪੰਜਾਬ ਸਟੇਟ ਹੈ ਇੱਕ ਆਪਣੇ ਤਿੰਨ ਲਿਸਟਾਂ ਹੁੰਦੀਆਂ ਇੱਕ ਤਾਂ ਹੁੰਦੀ ਹੈ ਸਟੇਟ ਲਿਸਟ ਆ ਪਈ ਲਿਖੀ ਪਈ ਸਟੇਟ ਲਿਸਟ ਸਟੇਟ ਲਿਸਟ ਦੇ ਵਿੱਚ ਰਾਜ ਦੇ ਮੁੱਦੇ ਹੁੰਦੇ ਜਿਵੇਂ ਆਪਣੇ ਪੰਜਾਬ ਦੇ ਸਟੇਟ ਅਡਮਿਨਿਸਟ੍ਰੇਟਾ ਦੇ ਮੁੱਦੇ ਹੁੰਦੇ ਆ ਜਿਹਦੇ ਵਿੱਚ ਸਿਰਫ ਸਟੇਟ ਹੀ ਲਾਅ ਬਣਾ ਸਕਦੀ ਹੈ ਮਤਲਬ ਸਟੇਟ ਹੀ ਰੂਲ ਬਣਾ ਸਕਦੀ ਹੈ ਯੂਨੀਅਨ ਲਿਸਟ ਯੂਨੀਅਨ ਲਿਸਟ ਦੇ ਵਿੱਚ ਸਿਰਫ ਕੇਂਦਰ ਸਰਕਾਰ ਹੀ ਫੈਸਲੇ ਬਣਾ ਸਕਦੀ ਹੈ ਕੰਕੋਰੈਂਟ ਲਿਸਟ ਦੇ ਵਿੱਚ ਸਟੇਟ ਪਲੱਸ ਸੈਂਟਰ ਸਰਕਾਰ ਦੋਨੇ ਮਿਲ ਕੇ ਫੈਸਲੇ ਬਣਾਉਂਦੇ ਆ ਠੀਕ ਹੈ ਤੇ ਇਹਨਾਂ ਨੇ ਸਿਰਫ ਇਹ ਪੁੱਛਿਆ ਕਿ ਸਟੇਟ ਦੇ ਮੁੱਦੇ ਕਿਹਦੀ ਚਾਉਂਦੇ ਆ ਇਹ ਹੁੰਦੇ ਸਟੇਟ ਲਿਸਟ ਦੇ ਵਿੱਚ ਸੰਵਿਧਾਨ ਦੇ ਕਿਸ ਐਮੈਂਡਮੈਂਟ ਨੂੰ ਮਿਨੀ ਕਨਸਟੀਟਿਊਸ਼ਨ ਕਿਹਾ ਜਾਂਦਾ ਹੈ ਸੰਵਿਧਾਨ ਦੇ ਕਿਸ ਐਮੈਂਡਮੈਂਟ ਨੂੰ ਮਿਨੀ ਕਨਸਟੀਟਿਊਸ਼ਨ ਕਿਹਾ ਜਾਂਦਾ ਹੈ ਇਹਨੂੰ 42ਏ ਕਿਹਾ ਜਾਂਦਾ 42ਵੇਂ ਨੂੰ 43ਵੇਂ ਨੂੰ 44ਵੇਂ ਤੋਂ 72ਵੇਂ ਨੂੰ ਇਹ ਕਿਹਾ ਜਾਂਦਾ 42ਵੇਂ ਐਮੈਂਡਮੈਂਟ ਨੂੰ ਕਿਉਂਕਿ ਜਿਹੜਾ 42ਵਾਂ ਐਮੈਂਡਮੈਂਟ ਹੋਇਆ ਸੀ ਐਮੈਂਡਮੈਂਟ ਦਾ ਮਤਲਬ ਹੁੰਦਾ ਸੋਸੋਧਨ ਸੋਸੋਧਨ ਦਾ ਮਤਲਬ ਹੁੰਦਾ ਕਿ ਇਹਦੇ ਵਿੱਚ ਕੁਝ ਤੀਜਾ ਦੁਬਾਰੇ ਅਪਡੇਟ ਕੀਤੀਆਂ ਗਈਆਂ ਜਾਂ ਨਵੀਆਂ ਜੋੜੀਆਂ ਗਈਆਂ ਠੀਕ ਹੈ ਬਿਆਰੀ ਮੈਂਡਮੈਂਟ ਦੁਆਰਾ ਜੋੜੇ ਗਏ ਇਹਦੇ ਵਿੱਚ ਇੰਨੀਆਂ ਚੀਜ਼ਾਂ ਜੋੜੀਆਂ ਗਈਆਂ ਸੀ ਕਿ ਇਹਦਾ ਨਾਮ ਮਿਨੀ ਕਨਸਟੀਟਿਊਸ਼ਨ ਪੈ ਗਿਆ ਠੀਕ ਹੈ ਤਾਂ ਇਹ ਬਿਆਰੀ ਮੈਂਡਮੈਂਟ ਨੂੰ ਕਿਹਾ ਜਾਂਦਾ ਸਭ ਤੋਂ ਛੋਟਾ ਸਮਾ ਪੰਜਾਬ ਦਾ ਗਵਰਨਰ ਕੌਣ ਰਿਹਾ ਹੈ ਭੈਰਵਦੱਤ ਪਾਂਡੇ ਹੋਕਸ਼ੇ ਸੀਮਾ ਧਰਮਵੀਰ ਗਿਆਨੀ ਗੁਰਮੁਖ ਸਿੰਘ ਤਾਂ ਇਹਦਾ ਸਹੀ ਆਨਸਰ ਹੈਗਾ ਆਪਣਾ ਬੀ ਨੰਬਰ ਆਪਸ਼ਨ ਹੋਕਸ਼ੇ ਸੀਮਾ ਸੀ ਜਿਹੜੀ ਇਹ ਇਹ ਆਪਣੇ ਕੀ ਸਿਪਾਈ ਸਭ ਤੋਂ ਛੋਟੇ ਸਮੇਂ ਵਾਸਤੇ ਇਹ ਗਵਰਨਰ ਰਿਹਾ ਸੀਮਾ ਤੇ ਜਿਹੜਾ ਭੈਰਵਦਤ ਸੀ ਇਹ ਆਪਣੇ 1984 ਵੇਲੇ 1984 ਵੇਲੇ ਬਲੂ ਸਟਾਰ ਆਪਰੇਸ਼ਨ ਵੇਲੇ ਜਿਹੜਾ ਆਪਣਾ ਗਵਰਨਰ ਸੀ ਉਹ ਹੈਗਾ ਸੀ ਭੈਰਵਦਤ ਪਾਂਡੇ ਠੀਕ ਹੈ ਆਨਸਰ ਇਹਦਾ ਬੀ ਨੰਬਰ ਆਪਸ਼ਨ ਹੀ ਹੈ ਤੇ ਧਨਵੀਰ ਕੌਣ ਸੀ ਧਨਪ੍ਰੀਤ ਜਦੋਂ ਆਪਣਾ ਨਿਊ ਪੰਜਾਬ ਬਣਿਆ ਸੀ 1966 ਦੇ ਵਿੱਚ ਉਹ ਟਾਈਮ ਦੇ ਵਿੱਚ ਇਹ ਕੀ ਸੀ ਸਪੀਕਰ ਸੀ ਮਕੈਨੀ ਗੁਰਮੁਖ ਸਿੰਘ ਸੀਐਮਸੀ ਠੀਕ ਹੈ ਜੀ 12 ਡਾਰੀ ਗਾਰਡਨ ਕਿੱਥੇ ਸਥਿਤ ਹੈ ਸੰਗਰੂਰ ਪਟਿਆਲਾ ਜਲੰਧਰ ਬਠਿੰਡਾ ਤਾਂ ਭਾਈ ਇਹ ਜਿਹੜਾ ਗਾਰਡਨ ਹੈਗਾ ਇਹ ਕਿੱਥੇ ਸਥਿਤ ਹੈਗਾ ਇਹ ਆਪਣਾ ਹੈਗਾਗਾ ਪਟਿਆਲੇ ਠੀਕ ਹੈ ਪਟਿਆਲੇ ਆ ਠੀਕ ਹੈ ਤੇ ਬਾਕੀ ਜਿਹਦੇ ਮੂਰੀ ਵੀ ਵੀਰ ਲੱਗਦਾਗਾ ਬੀਰ ਐਸ਼ਵੈਨ ਬੀਰ ਐਸ਼ਵੈਨ ਨੂੰ ਛੱਡ ਕੇ ਉਹ ਇਕੱਲਾ ਸੰਗਰੂਰ ਦੇ ਵਿੱਚ ਹੈ ਠੀਕ ਹੈ ਬਾਕੀ ਸਾਰੇ ਜਿਹੜੇ ਵੀ ਬੀਰ ਲੱਗਦਾ ਉਹ ਜ਼ਿਆਦਾ ਤੋਂ ਜ਼ਿਆਦਾ ਪਟਿਆਲਾ ਦੇ ਵਿੱਚ ਹੀ ਅਨਸਰ ਆਊਗਾ ਠੀਕ ਹੈ ਆਮ ਖਾਸ ਵਾ ਕਿੱਥੇ ਹੈ ਆਮ ਖਾਸ ਵਾ ਕਿੱਥੇ ਹੈ ਸਰਹੰਦ ਫਤਿਹਗੜ ਸਾਹਿਬ ਦੋਨੋਂ ਕਿ ਕੋਈ ਨਹੀਂ ਦੇਖੋ ਬੱਚੋ ਇਹਦਾ ਅਨਸਰ ਸੀ ਨੰਬਰ ਆਪਸ਼ਨ ਆਊਗਾ ਕਿਉਂਕਿ ਫਤਿਹਗੜ ਸਾਹਿਬ ਦੇ ਵਿੱਚ ਹੀ ਸਰਹੰਦ ਆ ਗਿਆ ਕਈ ਵਾਰੀ ਇਹ ਐਂ ਇ ਕਰ ਦਿੰਦੇ ਆ ਆਪਸ਼ਨ ਦੇ ਵਿੱਚ ਇਹ ਪ੍ਰਸ਼ਨ ਆਇਆ ਹੋਇਆ ਹੈ ਠੀਕ ਹੈ ਪੀਟੇ ਪਲਸ ਵੀ ਦੇ ਪੇਪਰ ਦੇ ਵਿੱਚ ਆਇਆ ਹੋਇਆ ਹੈਗਾ 2016 ਵਾਲੇ ਦੇ ਵਿੱਚ ਉਹਦੇ ਵਿੱਚ ਇਹੀ ਵੇਸ਼ਨ ਪੁੱਛਿਆ ਗਿਆ ਸੀ ਇਹਨਾਂ ਨੇ ਕਿ ਦੋ ਦੋ ਚੀਜ਼ਾਂ ਦਿੱਤੀਆਂ ਸੀ ਬੱਚੇ ਅੱਧਿਆਂ ਨੇ ਤਾਂ ਸਰਹੰਦਲਾਇ ਦੇ ਫਤੇਗੜਾ ਸਾਬ ਲਾਇਆ ਜਿਹੜੀ ਨੂੰ ਪਤਾ ਸੀ ਉਹ ਬੀਸੀ ਨੰਬਰ ਆਪਸ਼ਨ ਲਾਇਆ ਠੀਕ ਹੈ ਇਸ ਤਰ੍ਹਾਂ ਦਾ ਉਲਝੇ ਹੋਣਾ ਪੇਪਰ ਦੇ ਵਿੱਚ ਗੋਵਿੰਦਗੜ੍ਹ ਦਾ ਕਿਲਾ ਕਿ ਸਥਾਨ ਤੇ ਹੈ ਅੰਮ੍ਰਿਤਸਰ ਜਲੰਧਰ ਬਠਿੰਡਾ ਕਿ ਲੁਧਿਆਣਾ ਨਾ ਤਾਂ ਮੈਂ ਬਠਿੰਡੇ ਦੇਖਿਆ ਨਾ ਲੁਧਿਆਣੇ ਦੇਖਿਆ ਨਾ ਮੈਂ ਜਲੰਧਰ ਦੇਖਿਆ ਤਾਂ ਆਪਸ਼ਨ ਕਿਹੜੀ ਦੇਗੀ ਘਟ-ਘਟਾ ਕੇ ਅੰਮ੍ਰਿਤਸਰ ਠੀਕ ਹੈ ਜੀ ਪੰਗੀ ਮਿਸਲ ਦਾ ਸਰਦਾਰ ਕੌਣ ਸੀ ਪੰਗ ਤੁਹਾਨੂੰ ਦੱਸਿਆ ਪੰਗ ਕਿਹੜੇ ਰੰਗ ਦੀ ਹੁੰਦੀ ਹੈ ਹਰੇ ਰੰਗ ਦੀ ਹੁੰਦੀ ਹੈ ਤਾਂ ਕੌਣ ਹਰੀ ਸਿੰਘ ਠੀਕ ਹੈ ਬਸ ਇੱਥੇ ਗਲਤ ਕਰਤਾ ਆਪਰੇਸ਼ਨ ਤੁਸੀਂ ਨਾਲ ਦੇ ਨਾਲ ਹੀ ਗਲਤ ਹੋ ਗਿਆ ਆਪਰੇਸ਼ਨ ਕਿਉਂਕਿ ਥਲੇ ਵੀ ਦੇਖ ਲਓ ਕਿ A ਐਂਡ B ਆਪਸ਼ਨ ਵੀ ਪਈ ਹੈ ਤਾਂ ਸ਼ੱਜਾ ਸਿੰਘ ਤੇ ਹਰੀ ਸਿੰਘ ਕਿਈ ਵਾਰੀ ਪੇਪਰਾਂ ਦੇ ਵਿੱਚ ਨਾ ਹੁਣ ਇੱਕ ਦੋ ਪੇਪਰ ਹੋਏ ਆ ਉਹਨਾਂ ਦੇ ਵਿੱਚ ਇਹਨਾਂ ਨੇ ਸ਼ੱਜਾ ਸਿੰਘ ਪਾਤਾ ਹਰੀ ਸਿੰਘ ਦਾ ਨਹੀਂ ਨਹੀਂ ਪਾਇਆ ਤੇ ਬੱਚੇ ਉੱਥੇ ਨਨ ਆਫ ðiਜ਼ ਆਪਸ਼ਨ ਲਾਏ ਤਾਂ ਇਹ ਜਿਹਾ ਕੰਮ ਨਹੀਂ ਕਰਨਾ ਸ਼ੱਜਾ ਸਿੰਘ ਤੇ ਹਰੀ ਸਿੰਘ ਇਹ ਦੋਨੀਆਂ ਜਿਹੜੇ ਇਹ ਮਿਸਲ ਦੇ ਪ੍ਰਧਾਨ ਸੀ ਠੀਕ ਹੈ ਸਰਦਾਰ ਸਨ ਜਿਹੜਾ ਬਾਬਾ ਦੀਪ ਸਿੰਘ ਸੀ ਸ਼ਹੀਦ ਮਿਸਲ ਦੇ ਸਨ ਠੀਕ ਹੈ 12 ਮਿਸਲ ਆਪਣੇ ਟੋਟਲ ਨਿਰਾਕਰੀ ਮੂਵਮੈਂਟ ਕਿਸ ਨੇ ਚਲਾਈ ਸੀ ਇਹ ਨਾਮਤਰੀ ਮੂਵਮੈਂਟ ਚ ਨੌਲੇਜ ਹੋ ਕਿਤੇ ਇਹ ਨਿਰਾਕਰੀ ਮੂਵਮੈਂਟ ਹੈ ਬਾਬਾ ਦਿਆਰ ਸਿੰਘ ਨੇ ਦਰਵਾਰ ਸਿੰਘ ਨੇ ਬਾਬਾ ਬਾਲਕ ਸਿੰਘ ਨੇ ਕੇ ਏ ਐਂਡ ਬੀ ਬਸ ਇੱਥੇ ਇੱਥੇ ਬੱਚੇ ਗਲਤ ਕਰਿਆ ਉਹਨਾਂ ਕਿ ਚੁੱਪ ਕਰਕੇ ਅੱਦੇ ਬਾਬਾ ਦਿਆਰ ਸਿੰਘ ਲਾਏ ਹੋਣਗੇ ਠੀਕ ਹੈ ਇਹ ਜੇ ਦੋਨੇ অপਸ਼ਨ ਆ ਪੰਜਾਬ ਨੂੰ ਏ ਐਂਡ ਬੀ ਪੀ ਆ ਤਾਂ ਆਪਾਂ ਆ অপਸ਼ਨ ਲਾ ਕੇ ਆਵਾਂਗੇ ਇਹ ਜਿਹੜਾ ਤਾਂ ਬਾਬਾ ਦਿਆਲ ਸਿੰਘ ਸੀ ਤਾਂ ਹੈਗਾ ਸੀ ਤਾਂ ਫਾਊਂਡਰ ਜਿਹੜਾ ਆਪਣਾ ਦਰਬਾਰ ਸਿੰਘ ਸੀ ਇਹ ਕਿ ਸੀ सक्सेसर ਕੋ ਸਕਸੈਸਰ ਤੇ ਫਾਊਂਡਰ ਦੇ ਵਿੱਚ ਕੀ ਫਰਕ ਹੁੰਦਾ ਜਿਹੜਾ ਫਾਊਂਡਰ ਹੁੰਦਾ ਉਹਦਾ ਚੀਜ਼ ਦਾ ਮੁਖੀ ਹੁੰਦਾ ਮਤਲਬ ਉਹਨੇ ਚੀਜ਼ ਸਟੈਬਲਿਸ਼ ਕੀਤੀ ਜਿਵੇਂ ਆਪਣਾ ਚੈਨਲ ਆ ਫ੍ਰੀ ਪੰਜਾਬ ਐਗਜ਼ਾਮ ਸਟੱਡੀ ਇਹਦਾ ਫਾਊਂਡਰ ਮੈਂ ਆ ਠੀਕ ਹੈ ਤੇ ਸਕਸੈਸਰ ਵੀ ਇਹਦਾ ਮੈਂ ਹਾਂਗਾ ਠੀਕ ਹੈ ਤੇ ਇਹ ਚੀਜ਼ ਇਹ ਤੇ ਬਾਬਾ ਬਾਲਕ ਸਿੰਘ ਕੌਣ ਸੀ ਇਹ ਫਾਊਂਡਰ ਕਾਦੇ ਸੀ ਇਹ ਕਿਸ ਨਿਰਾਕਰੀ ਉਹ ਨਾਮਧਾਰੀ ਮੂਵਮੈਂਟ ਦੇ ਨਾਮਧਾਰੀ ਮੂਵਮੈਂਟ ਦੇ ਕੌਣ ਸੀ ਪਪਾ ਬਾਲਕ ਸਿੰਘ ਤੇ ਇਹਦਾ ਸਕਸੈਸਰ ਕੌਣ ਸੀ ਬਾਬਾ ਰਾਮ ਸਿੰਘ ਠੀਕ ਹੈ ਤੇ ਇਹਦਾ ਆਨਸਰ ਏ ਨੰਬਰ ਆਪਸ਼ਨ ਡੀ ਨੰਬਰ ਆਪਸ਼ਨ ਆ ਜਾਊਗਾ ਸਾਰੇ ਸਵਾਲ ਦਾ ਠੀਕ ਹੈ ਜੀ ਸਿਸਰੀ ਵੀਡੀਓ ਕੰਪਲੀਟ ਕਰ ਦਿੱਤੀ ਜੀ ਬੈਟਰੀ ਲੋ ਹੋਣ ਵਾਲੀ ਹੈ 3% ਹੀ ਰਹਿ ਗਈ ਪੰਜਾਬ ਬਾਉਂਡਰੀ ਕਮਿਸ਼ਨ 1966 ਦੇ ਸਮੇਂ ਕਮੇਟੀ ਦਾ ਹੈੱਡ ਕੌਣ ਸੀ ਸਭ ਤੋਂ ਪਹਿਲੀ ਗੱਲ ਤੇ ਅੱਛੀ ਪ੍ਰੈਕਸ਼ਨ ਬਣ ਜਾਊਗਾ ਕਿ ਪੰਜਾਬ ਬਾਉਂਡਰੀ ਕਮਿਸ਼ਨ ਕਿਦੋਂ ਬਣਿਆ ਸੀ 1966 ਦੇ ਵਿੱਚ ਠੀਕ ਹੈ ਤੇ ਆਪਣੀ ਪੰਜਾਬੀ ਭਾਸ਼ਾ ਨੂੰ ਵੀ 1960 ਦੇ ਵਿੱਚ ਹੀ ਪਨਾਇਆ ਗਿਆ ਸੀ ਤੇ ਪੰਜਾਬੀ ਭਾਸ਼ਾ ਲਾਜ਼ਮੀ ਕਿਦੋਂ ਕੀਤੀ ਸੀ 1992 ਦੇ ਵਿੱਚ ਇਹ ਪੁਆਇੰਟ ਜੇ ਲਿਖਾਈ ਜਾਂਦੇ ਨੇ ਦਿਮਾਗ 'ਚ ਚੰਗੀ ਤਰ੍ਹਾਂ ਬਿਠਾ ਲਓ ਨਾਲ ਬਿਲਕੁਲ ਸੌਖੇ ਸੌਖੇ ਪੁਆਇੰਟ ਹੈ ਤੇ ਕਮੇਟੀ ਦਾ ਹੈੱਡ ਅਕਾਉਂਟ ਸੀ ਇਹ ਕਮੇਟੀ ਦਾ ਹੈੱਡ ਕੌਂਸਲ ਸੀ ਕੇ ਟਿਸ਼ਾ ਫਜ਼ਲ ਅਲੀ ਮਾਸਟਰ ਤਾਰਾ ਸਿੰਘ ਦਾ ਸੂਬਾ ਲਹਿਰ ਦਾ ਸੀ ਇਹਦਾ ਸੂਬਾ ਲਹਿਰ ਦਾ ਸੀ ਇੱਥੇ ਵਿੱਚ ਗਲਤ ਹੋ ਜਾਊਗਾ ਇਹ ਹੈਗਾ ਸੀ ਫਜ਼ਲ ਅਲੀ ਬੀ ਨੰਬਰ ਆਪਸ਼ਨ ਆ ਜਾਊਗਾ ਪੰਜਾਬ ਬਾਉਂਡਰੀ ਕਮਿਸ਼ਨ ਆਦਮ ਮਾਰੇ ਤੋਂ ਹਰੇਕ ਬੱਚੇ ਨੂੰ ਪਤਾ ਹੋਣਾ ਤਾਂ ਆਪਰੇਸ਼ਨ ਦੇ ਵਿੱਚ 101% ਮਿਲੂਗਾ ਵੀ ਤੁਹਾਨੂੰ 100% ਆਪਰੇਸ਼ਨ ਤੁਹਾਨੂੰ ਮਿਲੂਗੀ ਮਿਲੂਗਾ ਸਟੀਲ ਸਿਟੀ ਆਫ ਪੰਜਾਬ ਇਸ ਨੂੰ ਕਿਹਾ ਜਾਂਦਾ ਹੈਗਾ ਮੰਡੀ ਗਵਿੰਦਗੜ੍ਹ ਲੁਧਿਆਣਾ ਅੰਮ੍ਰਿਤਸਰ ਕੀ ਰੂਪੜਾ ਤੁਹਾਡਾ ਕੋਈ ਵੀ ਕੈਂਡੀਡੇਟ ਇਹ ਜਾਣੀ ਹੋਣਾ ਜਿਹਨੂੰ ਨਾਂ ਪਤਾ ਹੋਵੇ ਮੰਡੀ ਗੋਵਿੰਦਗੜ੍ਹ ਜਿਹਹਲ ਹਮਦਾ ਗ੍ਰੀਕ ਨਾਮ ਕੀ ਹੈ ਜਿਹਹਲ ਹਮਦਾ ਗ੍ਰੀਕ ਨਾਮ ਕੀ ਹੈ ਹਾਈ ਦਾਸਪਸ ਹਾਈਡਰੋਟਿਸ ਹਾਈਪੀਸਸ ਹੈਸੀਡਰੋਸ ਤਾਂ ਬਹੁਤ ਬੜੀ ਕਰਵਾਇਆ ਵਾ ਅੱਜ ਨਹੀਂ ਕਰਵਾਉਣਾ ਅੱਜ ਸਿਰਫ ਮੈਂ ਸਿਰਫ ਇਹ ਦੱਸ ਕੇ ਜਾਊਂਗਾ ਕਿ ਜਹਲਮ ਦਾ ਗ੍ਰੀਕ ਨਾਮ ਕੀ ਹੈ 510 ਬਸ ਇਹ ਨੰਬਰ ਆਪਸ਼ਨ ਆਧਾ ਕਰੰਟ ਅਫੇਅਰ ਦਾ ਅਪਰੇਸ਼ਨ ਇਹ ਥੋੜੇ ਦਿਨ ਪਹਿਲਾਂ ਕਿਸ ਆਰਮੀ ਚੀਫ ਦੇ ਜਹਾਜ਼ ਦੇ ਵਿੱਚ ਕ੍ਰੈਸ਼ ਦੇ ਵਿੱਚ ਪਤਨੀ ਅਤੇ ਪਤਨੀ ਸਣੇ ਹੋਰ ਵੀ ਬਹੁਤ ਜਿਹੜੇ ਆਪਣੇ ਜਵਾਨ ਸੀ ਫੌਜੀ ਤੇ ਉਹਨਾਂ ਦੀ ਮੌਤ ਹੋ ਗਈ ਕੌਣ ਸੀ ਇਹ ਆਪਣੇ ਆਰਮੀ ਚੀਫ ਸੀ ਵਿਪਨ ਰਾਵਤ ਠੀਕ ਹੈ ਇਹਨਾਂ ਦੀ ਡੈਥ ਸ਼ਹੀਦ ਹੋ ਗਈ ਵਿਚਾਰੇ ਕਰ ਲੈ ਬਹੁਤ ਦੁੱਖ ਲੱਗਿਆ ਤੇ ਇਹ ਪ੍ਰੈਸ਼ਨ ਮਿਸ ਨਹੀਂ ਕਰਨਾ ਨਿਊ ਪੰਜਾਬ ਕਦੋਂ ਹੋਂਦ ਦੇ ਵਿੱਚ ਆਇਆ 4056 481966 14 ਜੁਲਾਈ 1958 ਦੇ ਵਿੱਚ ਤਾਂ ਆਪਣੇ ਬਣਿਆ ਸੀ ਪੈਪਸੂ 1 ਨਵੰਬਰ 1956 ਨੂੰ 1948 ਨੂੰ ਇੱਕ ਮੰਡੀਰ ਬੱਚੋ 14 ਜੁਲਾਈ 1948 ਨੂੰ ਕੀ ਬਣਿਆ ਸੀ ਪੈਪਸੂ ਤੇ 1 ਨਵੰਬਰ 1956 ਨੂੰ ਪੈਪਸੂ ਪੰਜਾਬ ਦੇ ਵਿੱਚ ਕੀ ਕਰਤਾ ਸੀ ਮਰਜ ਕਰਤਾ ਸੀ ਓਕੇ ਇਹ ਗੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ 1 ਨਵੰਬਰ 1968 ਨੂੰ ਪੰਜਾਬ ਐਂਡ ਹਾਇਆਨਾ ਇਹਨਾਂ ਦੋਨਾਂ ਨੂੰ ਵੱਖ ਕਰਤਾ ਸੀ 1968 ਦੇ ਤਹਿਤ ਠੀਕ ਹੈ ਜੀ ਜਿਹੜਾ ਬਾਉਂਡਰੀ ਕਮਿਸ਼ਨ ਬੈਠਾ ਸੀ ਕੌਣ ਫਜ਼ਲ ਅਲੀ ਉਹਨੇ ਬਾਉਂਡਰੀ ਨਿਰਧਾਰਤ ਕੀਤੀ ਸੀ ਆਪਣੀ ਠੀਕ ਹੈ ਜੀ ਤਾਂ ਇਹ ਆ ਗਿਆ ਆਪਣੇ 20 ਦੇ 20 ਪ੍ਰੈਸ਼ਨ ਤੇ ਜਿਹੜੇ ਕੈਂਡੀਡੇਟਾਂ ਦੇ 20 ਦੇ 20 ਸਹੀ ਹੈ ਤਾਂ ਬੇਰੀ ਬੇਰੀ ਗੁੱਟਾ ਜਿਹੜੇ ਬੱਚਿਆਂ ਦੇ 20 ਦੇ ਵਿੱਚੋਂ 18 ਜਾਂ 17 ਨੰਬਰ ਹੈ ਉਹਨਾਂ ਦੀ ਤਿਆਰੀ 101% ਸਿਖਰ ਤੇ ਹੈ ਠੀਕ ਹੈ ਜੀ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਧੰਨਵਾਦ ਮੇਰੇ ਦੋਸਤੋ ਜੀ ਆਉਂਦੇ ਬਾਅਦ ਦੇ ਰਹੋ ਬਾਈ